ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੁਲਕਾ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮੁੜ ਕੇ ਨਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਉਹਨਾਂ ਬਾਦਲਾਂ ਖਿਲਾਫ਼ ਕਾਰਵਾਈ ਦੀ ਮੰਗ ਕਰਕੇ ਕਿਸੇ ਕਾਨੂੰਨ ਦਾ ਉਲੰਘਣ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਜਿਹੜੇ ਕਾਂਗਰਸੀ ਮੰਤਰੀ ਉਹਨਾਂ 'ਤੇ ਅਜਿਹੇ ਇਲਜ਼ਾਮ ਲਾ ਰਹੇ ਨੇ, ਉਹਨਾਂ ਨੇ ਖੁਦ ਵਿਧਾਨ ਸਭਾ ਵਿੱਚ ਬਾਦਲਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ, ਅੱਜ ਉਹ ਕਿਨਾਰਾ ਕਰ ਰਹੇ ਨੇ। ਦੱਸ ਦਈਏ ਕਿ ਬੀਤੇ ਦਿਨੀ ਉਹਨਾਂ ਕੈਪਟਨ ਸਰਕਾਰ ਦੇ ਕੁਝ ਮੰਤਰੀਆਂ ਨੂੰ ਅਲਟੀਮੇਟਮ ਦੇ ਕਿਹਾ ਸੀ ਕਿ ਜੇਕਰ 15 ਦਿਨਾਂ ਵਿੱਚ ਸਰਕਾਰ ਜ਼ਿੰਮੇਵਾਰਾਂ ਖਿਲਾਫ਼ ਕੇਸ ਦਰਜ ਨਹੀਂ ਕਰਦੀ ਤਾਂ ਉਹ ਖੁਦ ਅਸਤੀਫਾ ਦੇ ਕੇ ਬਾਕੀ ਕਾਂਗਰਸੀ ਮੰਤਰੀਆਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨਗੇ। ਕੱਲ੍ਹ ਇੱਕ ਬਿਆਨ ਆਇਆ, ਇਹ 5 ਮੰਤਰੀ ਜਿਨ੍ਹਾਂ 'ਤੇ ਮੈਂ ਅਸਤੀਫੇ ਦੀ ਮੰਗ ਕੀਤੀ ਆ, ਜਿਹਨਾਂ ਨੂੰ ਅਲਟੀਮੇਟਮ ਦਿੱਤਾ ਕਿ 15 ਤਰੀਕ ਤੱਕ ਜਾਂ ਤਾਂ ਤੁਸੀਂ ਇਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਸੈਣੀ ਦੇ ਖਿਲਾਫ਼ ਇਹ ਜੋ ਕੇਸਾਂ ਵਿੱਚ ਉਹਨਾਂ ਨੂੰ ਮੁਲਜ਼ਮ ਐਡ ਕਰਾਓ, ਨਹੀਂ ਤਾਂ ਤੁਸੀਂ ਅਸਤੀਫਾ ਦਿਓ। ਅਤੇ ਉਹਨਾਂ ਨੂੰ ਮੈਂ ਕਿਹਾ ਕਿ ਅਸਤੀਫਾ ਮੈਂ ਵੀ ਦਊਂਗਾ। ਉਹਨਾਂ 5 ਮੰਤਰੀਆਂ ਦਾ ਕੱਲ੍ਹ ਬਿਆਨ ਆਇਆ ਕਿ ਇਕੱਠੇ ਬਿਆਨ ਦਿੱਤਾ ਉਹਨਾਂ ਨੇ ਕਿ ਇਹ ਫੁਲਕਾ ਜੋ ਕਾਨੂੰਨੀ ਪ੍ਰਕਿਰਿਆ ਉਹਦੇ 'ਚ ਦਖਲ ਦੇ ਰਹੇ ਆ। ਮੈਂ ਉਹਨਾਂ ਨੂੰ ਇਹੀ ਯਾਦ ਕਰਾਉਣਾ ਚਾਹੁੰਦਾ ਕਿ ਇਹ 5 ਦੇ 5 ਨੇ ਉੱਥੇ ਵਿਧਾਨ ਸਭਾ 'ਚ ਇਹੋ ਚੀਜ਼ ਬੋਲੀ ਸੀ, ਔਰ ਇਹ ਚੀਜ਼ ਬੋਲੀ ਸੀ, ਆਹ ਜਿਹੜੀ ਕਮਿਸ਼ਨ ਦੀ ਰਿਪੋਰਟ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਪੜ੍ਹ ਕੇ ਬੋਲੀ ਸੀ ਇਹ ਚੀਜ਼, ਕਿਉਂਕਿ ਕਮਿਸ਼ਨ ਦੀ ਰਿਪੋਰਟ ਵਿੱਚ ਲਿਖਿਆ ਵਾ ਇਹ ਕਿ ਇਹ ਸੁਖਬੀਰ ਸਿੰਘ ਸੈਣੀ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਇਨਵੋਲਵਮੈਂਟ ਦਾ ਪੂਰੀ ਤਰ੍ਹਾਂ ਲਿਖਿਆ ਵਾ। ਇਹ ਉਹਨਾਂ ਨੇ ਰਿਪੋਰਟ ਪੜ੍ਹ ਕੇ ਬੋਲੀ ਸੀ ਜੋ ਇਹ 5 ਮੰਤਰੀਆਂ ਨੇ ਬੋਲਿਆ ਸੀ, ਅਤੇ ਉਦੋਂ ਵੀ ਇਹਨਾਂ ਨੇ ਕਾਨੂੰਨੀ ਸਲਾਹ ਲੈ ਕੇ ਹੀ ਬੋਲਿਆ ਹੋਊਗਾ, ਕਾਨੂੰਨੀ ਸਲਾਹ ਲਿੱਤੇ ਬਿਨਾਂ ਨਹੀਂ ਬੋਲਿਆ। ਅਤੇ ਅੱਜ ਜੋ ਮੈਂ ਵੀ ਕਹਿ ਰਿਹਾ ਇਹ ਬਿਲਕੁਲ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਹੀ ਕਹਿ ਰਿਹਾ, ਕਿਉਂਕਿ ਕਾਨੂੰਨ ਦੇ ਮੁਤਾਬਕ ਜੋ ਕਮਿਸ਼ਨ ਦੀ ਰਿਪੋਰਟ ਆ ਉਹਦੀਆਂ ਸਿਫਾਰਿਸ਼ਾਂ ਨੂੰ ਇਹ ਸਰਕਾਰ ਨੇ ਮੰਨਣਾ ਹੁੰਦਾ, ਸਰਕਾਰ ਨੇ ਸਦਨ ਦੇ ਵਿੱਚ ਇਹ ਬਿਆਨ ਦੇਣਾ ਹੁੰਦਾ ਕਿ ਕਿਹੜੀਆਂ ਕਿਹੜੀਆਂ ਸਿਫਾਰਿਸ਼ਾਂ ਮੰਨ ਲਈਆਂ। ਤਾਂ ਇਸ ਕਰਕੇ ਸਰਕਾਰ ਨੇ ਬਿਆਨ ਦੇਣਾ ਸੀ, ਉਹਨਾਂ ਨੇ ਬਿਆਨ ਨਹੀਂ ਦਿੱਤਾ। ਇਸੇ ਕਰਕੇ ਮੈਂ ਕਹਿ ਰਿਹਾ ਕਿ ਹੁਣ ਤੁਸੀਂ ਇਹਦੀਆਂ ਸਿਫਾਰਿਸ਼ਾਂ ਮੰਨਦੇ ਹੋਏ, ਕਮਿਸ਼ਨ ਦੀਆਂ ਸਿਫਾਰਿਸ਼ਾਂ ਮੰਨਦੇ ਹੋਏ ਇਹਨਾਂ ਦੋਨਾਂ ਨੂੰ ਵਿੱਚ ਮੁਲਜ਼ਮ ਬਣਾਓ। ਇਹੋ ਮੈਂ ਕਹਿ ਰਿਹਾ, ਇਹ 'ਚ ਕੋਈ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਹੈ।